ਅੱਜ ਲੋਹੜੀ ਦੇ ਤਹਿਤ ਅਸੀਂ ਜੱਚਾ ਬੱਚਾ ਹਸਪਤਾਲ ਚ ਹਰ ਸਾਲ ਦੀ ਤਰ੍ਹਾਂ ਜਿਹੜੀਆਂ ਬੱਚੀਆਂ ਪੈਦਾ ਹੋਈਆਂ ਸੀ ਤੇ ਉਹਨਾਂ ਦੀ ਪਹਿਲੀ ਲੋਹੜੀ ਹੈ ਉਹ ਮਨਾ ਰਹੇ ਹਾਂ ਤੇ ਉਸ ਦੇ ਤਹਿਤ ਬੱਚੀਆਂ ਤੇ ਬੱਚਿਆਂ ਦੇ ਮਾਪੇ ਆਏ ਹੋਏ ਨੇ ਉਹਨਾਂ ਨੂੰ ਉਸ ਤਹਿਤ ਕੰਬਲ ਤੇ ਕੁਛ ਲੋਹੜੀ ਦਾ ਹੋਰ ਸਮਾਨ ਦਿੱਤਾ ਜਾਏਗਾ ਤੇ ਬੇਟੀ ਪੜਾਓ ਬੇਟੀ ਬਚਾਓ ਬੇਟੀ ਪੜਾਓ ਜੋ ਸਾਡਾ ਨਾਰਾ ਹੈ ਉਹਦੇ ਚ ਅਸੀਂ ਲੋਕਾਂ ਨੂੰ ਫੇਰ ਜਾਗਰੂਕ ਕਰ ਰਹੇ ਹਾਂ ਕਿ ਬੇਟੇ ਦੀ ਚਾਹ ਵਿੱਚ ਤੁਸੀਂ ਬੇਟੀਆਂ ਜਿਹੜੀ ਭਰੂਣ ਹੱਤਿਆ ਹੁੰਦੀ ਹੈ ਬਹੁਤ ਘੱਟ ਗਈ ਹੈ ਫੇਰ ਵੀ ਕੁਛ ਕੁਛ ਜਗ੍ਹਾ ਤੇ ਗੈਰ ਕਾਨੂੰਨੀ ਤੌਰ ਤੇ ਚੱਲਦੀ ਹੈ ਉਹ ਤੋਂ ਉਸ ਜਾਗਰੂਕ ਇਹ ਕਰਨਾ ਹੈ ਵੀ ਬੇਟੀਆਂ ਓਨੀਆਂ ਹੀ ਜ਼ਰੂਰੀ ਨੇ ਜਿੰਨੇ ਬੇਟੇ ਹੈ ਕਿਉਂਕਿ ਆਪਣਾ ਜਿਹੜਾ ਅਨੁਪਾਤ ਹੈ ਲਿੰਗ ਦਾ ਉਹਦੇ ਨਾਲ ਜੇ ਘੱਟ ਜਾਏਗਾ ਬੇਟੀਆਂ ਦਾ ਨੰਬਰ ਤੇ ਇਹ ਸੋਚੋ ਕੱਲ੍ਹ ਨੂੰ ਬੇਟੇ ਕਿੱਥੋਂ ਆਉਣਗੇ ਇਹਦੀ ਮਹੱਤਤਾ ਜੇ ਆਪਾਂ ਨੂੰ ਸਮਝ ਆ ਗਈ ਵੀ ਬੇਟੀਆਂ ਇਸ ਸਮਾਜ ਨੂੰ ਜਾਂ ਜੀਵਨ ਨੂੰ ਚਲਾਉਣ ਵਾਸਤੇ ਜ਼ਿਆਦਾ ਜ਼ਰੂਰੀ ਨੇ ਤੇ ਓਨੀ ਹੀ ਅਹਿਮੀਅਤ ਰੱਖਦੀਆਂ ਨੇ ਜਿੰਨੇ ਬੇਟੇ ਨੇ ਤੇ ਮੇਰੇ ਖਿਆਲ ਚ ਸਮਾਜ ਦਾ ਬਹੁਤ ਸੁਧਾਰ ਹੋ ਜਾਏਗਾ ਮੈਂ ਡਾਕਟਰ ਕ੍ਰਿਸ਼ਨੇਂਦਰ ਸੀਨੀਅਰ ਮੈਡੀਕਲ ਅਫਸਰ ਵੋਮਨ ਐਂਡ ਚਿਲਡਰਨ ਹਸਪੀਟਲ ਦੇ ਚੁਣਿਆ ਅੱਜ ਅਸੀਂ ਧੀਆਂ ਦੀ ਲੋਹੜੀ ਮਨਾ ਰਹੇ ਹਾਂ ਨਾਮ ਜੰਮੇ ਬੱਚੇ ਜਿੰਨੀਆਂ ਵੀ ਸਾਡੀਆਂ ਸੀਨੀਅਰ ਹੋਏ ਆ ਬੱਚੇ ਲੜਕੀਆਂ ਉਹਨਾਂ ਦੀ ਅਸੀਂ ਲੋਹੜੀ ਸੈਲੀਬ੍ਰੇਟ ਕਰ ਰਹੇ ਹਾਂ ਕਿਉਂਕਿ ਅੱਜ ਕੱਲ੍ਹ ਦਾ ਜਿਹੜਾ ਸਮਾਂ ਹੈ ਅੱਜ ਕੱਲ੍ਹ ਧੀਆਂ ਜਿਹੜੀਆਂ ਹੈਗੀਆਂ ਬਿਲਕੁਲ ਬੇਟਿਆਂ ਦੇ ਬਰਾਬਰ ਹੀ ਹਨ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਉਹਨਾਂ ਦੀ ਸਿਹਤ ਅੱਛੀ ਹੋਏ ਉਹ ਅੱਛਾ ਆਪਣਾ ਜਿਹੜਾ ਪਰਿਵਾਰ ਹੈ ਉਹ ਚਲਾਉਣ ਇਸ ਕਰਕੇ ਅਸੀਂ ਧੀਆਂ ਨੂੰ ਜਾਗਰੂਕਤਾ ਪੈਦਾ ਕਰ ਰਹੇ ਹਾਂ ਕਿ ਧੀਆਂ ਜਿਹੜੀਆਂ ਉਹ ਪੁੱਤਰਾਂ ਦੇ ਬਰਾਬਰ ਹੀ ਹਨ ਅਤੇ ਲੋਕਾਂ ਨੂੰ ਇਹ ਵੀ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਲੜਕੀਆਂ ਨੂੰ ਦੀ ਸਿਹਤ ਦਾ ਮਾਂ ਦੇ ਪੇਟ ਤੋਂ ਹੀ ਖਿਆਲ ਕੀਤਾ ਜਾਵੇ ਬੱਚੇ ਨੂੰ ਪੇਟ ਦੇ ਅੰਦਰ ਹੀ ਮਾਂ ਨੂੰ ਅੱਛੀ ਖੁਰਾਕ ਦਿੱਤੀ ਜਾਵੇ ਪੈਦਾ ਹੋਣ ਤੋਂ ਬਾਅਦ ਉਹਨੂੰ ਮਾਂ ਦਾ ਦੁੱਧ ਪਿਲਾਇਆ ਜਾਵੇ ਅਤੇ ਸਮੇਂ ਸਮੇਂ ਸਿਰ ਉਹਦੇ ਸਾਰੇ ਟੀਕਾਕਰਨ ਕਰਵਾਇਆ ਜਾਵੇ ਬੱਚੇ ਦਾ ਅਤੇ ਬਾਅਦ ਵਿੱਚ ਉਹਨੂੰ ਜਿਹੜਾ ਅੱਛੀ ਵਿੱਦਿਆ ਦਿੱਤੀ ਜਾਵੇ ਤਾਂ ਕਿ ਉਹ ਅੱਗੇ ਹੋ ਕੇ ਇੱਕ ਜ਼ਿੰਮੇਵਾਰ ਨਾਗਰਿਕ ਬਣ ਸਕੇ ਅਤੇ ਆਪਣਾ ਪਰਿਵਾਰ ਦਾ ਸਹੀ ਢੰਗ ਨਾਲ ਚਲਾ ਸਕੇ ਕਿਸ ਤਰ੍ਹਾਂ ਮਨਾਇਆ ਜਾ ਰਿਹਾ ਇੱਥੇ ਅਸੀਂ ਬੱਚੀਆਂ ਜਿਹੜੀਆਂ ਸਾਡੇ ਧੀਆਂ ਹੋਈਆਂ ਹੈ ਅਤੇ ਉਹਨਾਂ ਨੂੰ ਅਸੀਂ ਲੋਹੜੀ ਸੈਲੀਬ੍ਰੇਟ ਕਰਕੇ ਉਹਨਾਂ ਨੂੰ ਇੱਕ ਸਪੈਸ਼ਲ ਗਿਫਟ ਦੇ ਤੌਰ 'ਤੇ ਜਾਂ ਮਾਨ ਸਨਮਾਨ ਦੇ ਤੌਰ 'ਤੇ ਅਸੀਂ ਉਹਨਾਂ ਨੂੰ ਇੱਕ ਛੋਟਾ ਜਿਹਾ ਗਿਫਟ ਜਿਹੜਾ ਹੈਗਾ ਸਾਡੇ ਵੱਲੋਂ ਭੇਟ ਕੀਤਾ ਜਾਣਾ ਮੇਰਾ ਨਾਮ ਡਾਕਟਰ ਕਾਜਲ ਗੋਇਲ ਹੈ ਮੈਂ ਪੀਡੀਆਟ੍ਰੀਸ਼ਨ ਹਾਂ ਡਿਸਟ੍ਰਿਕਟ ਹੋਸਪਿਟਲ ਬਠਿੰਡਾ ਦੇ ਵਿੱਚ ਅੱਜ ਦੇ ਦਿਨ ਅਸੀਂ ਉਰੇ ਧੀਆਂ ਦੀ ਲੋਹੜੀ ਮਨਾ ਰਹੇ ਹਾਂ ਕਿਉਂਕਿ ਤੁਸੀਂ ਆਮ ਤੌਰ 'ਤੇ ਦੇਖਿਆ ਹੋਣਾ ਆਪਣੇ ਦੁਨੀਆ ਦੇ ਵਿੱਚ ਕੀ ਹੋ ਰਿਹਾ ਕਿ ਜਦੋਂ ਮੁੰਡਾ ਪੈਦਾ ਹੁੰਦਾ ਸਿਰਫ ਉਹਦੀ ਹੀ ਲੋਹੜੀ ਮਨਾਉਂਦੇ ਨੇ ਉਹਦੀ ਹੀ ਖੁਸ਼ੀ ਮਨਾਉਂਦੇ ਨੇ ਅਤੇ ਉਹਦੀ ਲੋਹੜੀ ਵੰਡਦੇ ਨੇ ਜਦੋਂ ਕਹਿੰਦੇ ਨੇ ਕਿ ਜੀ ਇਸ ਵਾਰ ਤਾਂ ਲੋਹੜੀ ਤੁਹਾਡੇ ਵੱਲੋਂ ਕਿਉਂਕਿ ਤੁਹਾਡੇ ਮੁੰਡਾ ਹੋਇਆ ਲੇਕਿਨ ਧੀਆਂ ਦਾ ਕੋਈ ਵੀ ਕੁਛ ਵੀ ਨਹੀਂ ਕਰਦਾ ਹੈਗਾ ਕੋਈ ਖੁਸ਼ੀ ਨਹੀਂ ਮਨਾਉਂਦੇ ਬਲਕਿ ਮਨ ਉਦਾਸ ਕਰ ਲੈਂਦੇ ਨੇ ਕਿ ਸਾਡੇ ਘਰੇ ਧੀ ਹੋਈ ਹੈ ਪਰ ਆਪਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਜਿਹੜਾ ਇੱਕ ਵੰਸ਼ ਹੈ ਉਹ ਇੱਕ ਮਾਂ ਹੈ ਜਿਹੜੀ ਮਾਂ ਬਣਦੀ ਹੈ ਇੱਕ ਕੁੜੀ ਹੀ ਹੈ ਹਨਾ ਤਾਂ ਇਸ ਕਰਕੇ ਜ਼ਿਆਦਾ ਆਪਾਂ ਨੂੰ ਕੁੜੀਆਂ ਦੀ ਲੋਹੜੀ ਮਨਾਉਣੀ ਚਾਹੀਦੀ ਹੈ ਅਤੇ ਮੇਰੀ ਸਾਰਿਆਂ ਨੂੰ ਇਹੀ ਗੁਜ਼ਾਰਿਸ਼ ਹੈ ਕਿ ਆਪਾਂ ਧੀਆਂ ਦੀ ਲੋਹੜੀ ਮਨਾਈਏ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਹੁਣ ਦੇਖੋ ਕਿ ਆਪਣੇ ਜਿਹੜੇ ਪ੍ਰੈਜ਼ੀਡੈਂਟ ਹੈ ਸ਼੍ਰੀਮਤੀ ਦ੍ਰੌਪਦੀ ਮੁਰਮੂ ਉਹ ਇੱਕ ਫੀਮੇਲ ਹੈ ਹਨਾ ਅਤੇ ਉਹ ਕਿੰਨੇ ਉੱਚੇ ਮੁਕਾਮ 'ਤੇ ਪਹੁੰਚ ਗਏ
ਜਿਹੜੀ ਆਪਣੀ ਲੇਟ ਕਲਪਨਾ ਚਾਵਲਾ ਜੀ ਨੇ ਜਿਹੜੇ ਐਸਟ੍ਰੋਨੋਟ ਰਹੇ ਨੇ, ਉਹਨਾਂ ਨੇ ਆਪਣਾ ਇੱਕ ਬੀਂਗ ਫੀਮੇਲ ਉਹਨਾਂ ਨੇ ਇੰਨਾ ਨਾਮ ਆਪਣਾ ਉੱਚਾ ਕੀਤਾ। ਤੁਸੀਂ ਇੱਥੇ ਵੀ ਦੇਖੋ ਜਿਹੜੀਆਂ ਫੀਮੇਲ ਡਾਕਟਰਸ ਹੈ, ਸਾਡੇ SMO ਹੈ ਜਿਹੜੇ ਮੈਡਮ, ਉਹ ਵੀ ਫੀਮੇਲ ਹੈ। ਤਾਂ ਇਸ ਕਰਕੇ ਇਹ ਜ਼ਰੂਰੀ ਨਹੀਂ ਹੈਗਾ ਕਿ ਕੁੜੀ ਹੋ ਗਈ ਤਾਂ ਕੁਛ ਗਲਤ ਹੋ ਗਿਆ। ਹੁਣ ਅੱਜ ਦੇ ਟਾਈਮ ਦੇ ਵਿੱਚ ਕੁੜੀਆਂ ਮੁੰਡਿਆਂ ਦੇ ਬਰਾਬਰ ਨੇ, ਤਾਂ ਇਹੀ ਸਾਰਿਆਂ ਨੂੰ ਸਾਡੀ ਉਹ ਹੈ ਕਿ ਕੋਈ ਵੀ ਭਰੂਣ ਹੱਤਿਆ ਨਾ ਕਰੋ ਤੇ ਕੁੜੀਆਂ ਦੀ ਵੀ ਲੋੜੀ ਮਨਾਓ। ਇੱਕ ਕੀ ਕਾਰਨ ਮੰਨਦੇ ਹੋ ਵੀ ਜਿਹੜੀਆਂ ਔਰਤਾਂ ਵਾ, ਜਦੋਂ ਕਿ ਖੁਦ ਇੱਕ ਔਰਤ ਹੁੰਦੀਆਂ, ਫਿਰ ਉਹੀ ਜਿਹੜੀਆਂ ਬੱਚੀਆਂ ਤੋਂ ਜ਼ਿਆਦਾ ਨਫ਼ਰਤ ਕਰਦੀਆਂ, ਕਹਿੰਦੀਆਂ ਵੀ ਨਹੀਂ ਹੋਣੀ ਚਾਹੀਦੀ? ਇਹਦਾ ਕਾਰਨ ਤਾਂ ਆਪਣੀ ਸੋਸਾਇਟੀ ਹੈ। ਸੋਸਾਇਟੀ ਦੇ ਵਿੱਚ ਫੀਮੇਲਸ ਨੂੰ ਦੇਖੋ ਤੁਸੀਂ, ਜਿਹੜੀਆਂ ਆਪਣੇ ਤੁਸੀਂ ਰੇਪ ਕੇਸਿਸ ਦੇਖ ਲਓ, ਹਨਾ, ਜਿਹੜੀ ਈਵ ਟੀਜ਼ਿੰਗ ਹੈ ਉਹ ਬਹੁਤ ਜ਼ਿਆਦਾ ਹੈ। ਮੇਰੇ ਖਿਆਲ 'ਚ ਉਹ ਉਹਨਾਂ ਸਾਰੀਆਂ ਚੀਜ਼ਾਂ ਨੂੰ ਦਾ ਇੱਕ ਡਰ ਹੈ ਆਪਣੀ ਸੋਸਾਇਟੀ ਦੇ ਵਿੱਚ, ਜਿਸ ਕਰਕੇ ਵੀ ਮੈਨੂੰ ਲੱਗਦਾ ਇੱਕ ਇਹ ਰੀਜ਼ਨ ਹੋ ਸਕਦਾ ਉਹਨਾਂ ਦੇ ਮਨ 'ਚ ਆਉਂਦਾ ਹੋਊਗਾ ਕਿ ਕੁੜੀਆਂ ਨੂੰ ਦਿੱਕਤ ਨਾ ਆਵੇ। ਅਤੇ ਜਿਹੜੀ ਡਾਊਰੀ ਪ੍ਰਥਾ ਆਪਣੀ, ਠੀਕ ਹੈ ਨਾ, ਇਹ ਵੀ ਬਹੁਤ ਜ਼ਿਆਦਾ, ਬੇਸ਼ੱਕ ਕਹਿ ਦਿੰਦੇ ਨੇ ਕਿ ਖਤਮ ਹੋ ਗਈ, ਪਰ ਕੁਛ ਨਹੀਂ ਖਤਮ ਹੋਇਆ, ਹਲੇ ਵੀ ਉਨਾ ਹੀ ਚੱਲੀ ਜਾਂਦਾ। ਤਾਂ ਉਹਨਾਂ ਨੂੰ ਲੱਗਦਾ ਕਿ ਕੁੜੀ ਬੋਝ ਹੈ, ਪਰ ਅੱਜ ਦੇ ਟਾਈਮ ਦੇ ਵਿੱਚ ਕੁੜੀ ਬੋਝ ਨਹੀਂ ਹੈਗੀ। ਮੈਂ ਵੀ ਆਪਣੇ ਪੈਰਾਂ ਤੇ ਖੜੀ ਹਾਂ ਤੇ ਆਈ ਫੀਲ ਸੋ ਮੱਚ ਪ੍ਰਾਊਡ, ਐਂਡ ਮੇਰੇ ਪੇਰੈਂਟਸ ਵੀ ਮੇਰੇ ਤੇ ਬਹੁਤ ਪ੍ਰਾਊਡ ਫੀਲ ਕਰਦੇ ਨੇ। ਜੇ ਦੇਖਿਆ ਜਾਵੇ ਤਾਂ ਅੱਜ ਕੱਲ ਜਿਹੜੀਆਂ ਬੇਟੀਆਂ ਹੈਗੀਆਂ ਉਹ ਬੇਟਿਆਂ ਤੋਂ ਅੱਗੇ ਅੱਗੇ ਹਰ ਇੱਕ ਕੰਮ 'ਚ ਮਾਰਕ ਮਾਰੇ। ਬਿਲਕੁਲ, ਤੁਸੀਂ ਕੋਈ ਪਲੈਨਿੰਗ ਕਰਨੀ ਹੈ, ਕੋਈ ਘਰ ਦੀ ਪਲੈਨਿੰਗ ਕਰਨੀ ਹੈ, ਕੋਈ ਕੁਛ ਵੀ ਤੁਸੀਂ ਬਿਲਡਿੰਗ ਪਲਾਨ ਕਰਨਾ, ਆਰਕੀਟੈਕਟਸ ਨੇ ਅੱਜ ਕੱਲ ਫੀਮੇਲਸ, ਹਰ ਕੰਮ ਦੇ ਵਿੱਚ ਫੀਮੇਲਸ ਅੱਗੇ ਜਾ ਰਹੀਆਂ ਨੇ। ਇੰਜੀਨੀਅਰਸ ਨੇ, ਡਾਕਟਰਸ ਹੈ, ਦੇ ਆਰ ਪਾਇਲਟਸ, ਮਤਲਬ ਕੋਈ ਤਾਂ ਹੋਵੇ ਫੀਲਡ ਕਿ ਜਿੱਥੇ ਕੁੜੀਆਂ ਨਹੀਂ ਹੈਗੀਆਂ, ਉਹਨਾਂ ਦਾ ਦਿਮਾਗ ਉਨਾ ਹੀ ਬਰਾਬਰ ਕੰਮ ਕਰਦਾ। ਐ ਨਹੀਂ ਹੈਗਾ ਕਿ ਮੁੰਡਿਆਂ ਦਾ ਕੋਈ ਅਲੱਗ ਤੋਂ ਹੈ। ਤਾਂ ਇਸ ਕਰਕੇ ਜਸਟ ਇੱਕ ਬਣੀ ਹੋਈ ਹੈ, ਉਹਨੂੰ ਆਪਾਂ ਨੂੰ ਤੋੜਨਾ ਉਸ ਪ੍ਰਥਾ ਨੂੰ। ਡਾਕਟਰ ਸਾਹਿਬ, ਜਦੋਂ ਇੱਥੇ ਆਪਣਾ ਬੇਟੀ ਪੈਦਾ ਹੁੰਦੀ ਹੈ, ਕਿੰਨੇ ਪਰਸੈਂਟ ਮਾਪੇ ਜਿਹੜੇ ਕੁਐਸਚਨ ਦਿੰਦੇ, ਇਨਸੈਂਟ ਜਿਹੜੇ ਤੋਂ ਰੋਕ ਜਾਂਦੇ? ਮੈਨੂੰ ਲੱਗਦਾ 50 ਤੋਂ ਵੀ ਵੱਧ ਰੋਕੇ ਹੀ ਜਾਂਦੇ ਨੇ। ਪਹਿਲੀ ਕੁੜੀ ਵੇਲੇ ਕੋਈ ਇੰਨਾ ਜ਼ਿਆਦਾ ਨਹੀਂ ਕਰਦਾ, ਜਦੋਂ ਸੈਕਿੰਡ ਫੀਮੇਲ ਹੋ ਜਾਂਦੀ ਹੈ ਨਾ, ਫਿਰ ਤਾਂ ਸਾਰੇ ਜਣੇ ਇੱਕੋ ਦਮ ਹੀ ਮਾਯੂਸ ਹੋ ਜਾਂਦੇ ਨੇ। ਮੈਨੂੰ ਇਹ ਲੱਗਦਾ ਕਿ ਮੇਰੇ ਖੁਦ ਦੇ 2 ਬੇਟੀਆਂ ਨੇ, ਤੇ ਸਾਨੂੰ ਤਾਂ ਕਦੇ ਵੀ ਨਹੀਂ ਇੱਦਾਂ ਦੀ ਫੀਲਿੰਗ ਆਉਂਦੀ। ਸਾਨੂੰ ਤਾਂ ਉਹਨੂੰ ਦੇਖ ਦੇਖ ਕੇ ਹੌਸਲਾ ਵੱਧਦਾ ਕਿ ਹਾਂ, ਸ਼ੀ ਇਜ਼ ਸੋ ਇੰਟੈਲੀਜੈਂਟ ਐਂਡ ਸ਼ੀ ਇਜ਼ ਡੂਇੰਗ ਸੋ ਵੈਲ। ਤਾਂ ਮੈਨੂੰ ਇਹ ਲੱਗਦਾ ਕਿ ਪੇਰੈਂਟ ਆਪਣੀ ਸੋਸਾਇਟੀ ਦੇ ਵਿੱਚ ਤੁਸੀਂ ਉਹਨਾਂ ਨੂੰ ਵੀ ਦੇਖੋ ਜਿਨ੍ਹਾਂ ਦੇ 2 ਬੱਚੀਆਂ ਨੇ, ਉਹ ਕਿੰਨਾ ਵਧੀਆ ਕਰ ਰਹੇ ਨੇ ਅੱਜ ਦੇ ਟਾਈਮ ਦੇ ਵਿੱਚ। ਤੇ ਮਤਲਬ ਜਿਹਨਾਂ ਦੀ ਸੈਕਿੰਡ ਬੇਟੀ ਹੁੰਦੀ ਹੈ ਨਾ, ਸੈਕਿੰਡ ਡਾਟਰ ਹੁੰਦੀ ਹੈ, ਉਹਨਾਂ ਨੂੰ ਇਸ ਗੱਲ ਤੇ ਉਦਾਸ ਥੋੜ੍ਹਾ ਹੋਣਾ ਚਾਹੀਦਾ। ਤੁਹਾਨੂੰ ਕੀ ਪਤਾ ਕੱਲ ਨੂੰ ਉਹ ਵੱਡੀ ਹੋ ਕੇ ਕਲਪਨਾ ਚਾਵਲਾ ਬਣ ਜੇ, ਕੀ ਪਤਾ ਪ੍ਰੈਜ਼ੀਡੈਂਟ ਬਣ ਜੇ, ਪ੍ਰਾਈਮ ਮਿਨਿਸਟਰ ਬਣ ਜੇ, ਉਹਨੇ ਕਿੱਥੇ ਤੱਕ ਜਾਣਾ ਤੁਹਾਨੂੰ ਉਹਦੇ ਭਵਿੱਖ ਦਾ ਕੁਛ ਨਹੀਂ ਪਤਾ ਹੈ। ਮੈਂ ਡਾਕਟਰ ਅੰਜਲੀ ਬੰਸਲ ਹਾਂ। ਮੈਂ ਇੱਥੇ ਬੱਚਿਆਂ ਦੇ ਮਾਹਰ ਡਾਕਟਰ ਦੇ ਤੌਰ ਤੇ ਪਿਛਲੇ 12-13 ਸਾਲ ਤੋਂ ਆਪਣੀ ਸੇਵਾਵਾਂ ਦੇ ਰਹੀ ਹਾਂ। ਦੇਖੋ, ਇਹ ਜਿਹੜਾ ਫੰਕਸ਼ਨ ਹੈ ਅਸੀਂ ਪਿਛਲੇ ਕਈ ਸਾਲਾਂ ਤੋਂ ਕਰ ਰਹੇ ਹਾਂ, ਧੀਆਂ ਦੀ ਲੋਹੜੀ, ਇਹਦੇ ਨਾਲ ਸਾਡਾ ਮੇਨ ਮੋਟਿਵ ਇਹੀ ਹੈ ਕਿ ਅਸੀਂ ਜਿਹੜੀ ਭਰੂਣ ਹੱਤਿਆ ਜਿਹੜੀ ਹੁੰਦੀ ਹੈ, ਜਿਹੜੀ ਆਪਣੀ ਕੁੜੀਆਂ ਦੀ ਰੇਸ਼ੋ ਪੰਜਾਬ ਵਿੱਚ ਜਾਂ ਪੂਰੇ ਇੰਡੀਆ ਦੀ ਆਪਾਂ ਲਾ ਲਈਏ, ਜਿਨ੍ਹਾਂ 'ਚ ਪੰਜਾਬ ਅਤੇ ਹਰਿਆਣਾ ਜਿਹੜੀਆਂ ਸਟੇਟਸ ਨੇ ਜਿਨ੍ਹਾਂ 'ਚ ਕਿ ਮੁੰਡਿਆਂ ਨਾਲੋਂ ਘੱਟ ਹੈ, ਇਸ ਉਹਦੇ ਉੱਤੇ ਕੰਸਨਟ੍ਰੇਟ ਕਰਕੇ ਅਸੀਂ ਇਹ ਪ੍ਰਮੋਟ ਕਰਨਾ ਕਿ ਭਰੂਣ ਹੱਤਿਆ ਜਿਹਨੂੰ ਕਿ ਇਲੀਗਲ ਹੈ, ਪਾਪ ਹੈ, ਫੀਮੇਲ ਫਿਟੀਸਾਈਡ ਕ੍ਰਾਈਮ ਹੈ, ਅਤੇ ਕੁੜੀਆਂ ਨੂੰ ਆਪਾਂ ਕਿਉਂ ਕੋਖੇ 'ਚ ਮਾਰਨਾ ਚਾਹੁੰਦੇ ਹਾਂ। ਮੈਂ ਇੱਕ ਹੀ ਗੱਲ ਕਹਾਂਗੀ ਕਿ ਸਾਡੇ ਪੰਜਾਬੀ ਸੱਭਿਆਚਾਰ ਵਿੱਚ ਇਹ ਬਹੁਤ ਹੀ ਮਸ਼ਹੂਰ ਪੰਕਤੀ ਹੈ, ਸੋ ਕੋ ਮੰਦਾ ਆਖੀਏ ਜਿਸ ਜਿੱਤ ਜੰਮੇ ਰਾਜਾਨ। ਜਿਹੜੀ ਮਾਂ ਨੇ ਇੰਨੇ ਇੰਨੇ ਵੱਡੇ ਰਾਜਿਆਂ ਮਹਾਰਾਜਿਆਂ ਨੂੰ ਪੈਦਾ ਕੀਤਾ, ਇੰਨੇ ਮਹਾਂਪੁਰਖਾਂ ਦੀ ਇੱਕ ਕੁੱਖ ਤੋਂ ਹੀ ਜਨਮ ਹੁੰਦੀ ਹੈ, ਉਸ ਕੁੱਖ ਨੂੰ ਅਸੀਂ ਕੁੱਖ ਦੇ ਵਿੱਚ ਹੀ ਕਿਉਂ ਮਾਰ ਦੇਣਾ ਚਾਹੁੰਦੇ ਹਾਂ। ਇਹ ਜਿਹੜੀ ਮੁਹਿੰਮ ਹੈ ਸਾਡੀ, ਹਰ ਸਾਲ ਇਹ ਜਾਗਰੂਕਤਾ ਕਾਇਮ ਕਰਨ ਦੀ ਇੱਕ ਕੋਸ਼ਿਸ਼ ਹੁੰਦੀ ਹੈ ਸੋਸਾਇਟੀ ਲਈ,
ਹਰ ਤਬਕੇ ਦੇ ਇਨਸਾਨਾਂ ਲਈ, ਵਾਸੀਆਂ ਲਈ, ਕਿ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਸਮਝਿਆ ਜਾਏ, ਜਬਕਿ ਅੱਜ ਦੇ ਜ਼ਮਾਨੇ 'ਚ ਤਾਂ ਅਸੀਂ ਇਹ ਦੇਖਦੇ ਹਾਂ ਕੁੜੀਆਂ ਮੁੰਡਿਆਂ ਦੇ ਬਲਕਿ ਬਰਾਬਰ ਹੀ ਨਹੀਂ, ਉਹਨਾਂ ਤੋਂ ਅੱਗੇ ਨਿਕਲ ਰਹੀਆਂ ਹਰ ਖੇਤਰ 'ਚ ਅੱਗੇ ਨੇ। ਬਹੁਤੇ ਲੋਕ ਇਹ ਕਹਿੰਦੇ ਕਿ ਵੀ ਆਪਣੇ ਨੂੰਹ ਤਾਂ ਹੋਵੇ ਪਰ ਆਪਣੇ ਧੀ ਨਾ ਜੰਮੇ। ਦੇਖੋ, ਆਪਣੀ ਧੀ ਨੇ ਵੀ ਕਿਸੇ ਦੀ ਨੂੰਹ ਬਣਨਾ ਹੀ ਹੈ। ਜੇ ਆਪਾਂ ਇਹ ਸੋਚਾਂਗੇ ਤਾਂ ਆਪਣੀ ਜਿਹੜੀ ਅੱਗੇ ਇੱਕ ਸੰਸਾਰਕ ਇੱਕ ਰੀਤ ਹੈ, ਅੱਗੇ ਜਿਹੜੀ ਨਵੀਂ ਪੀੜ੍ਹੀ ਕਿੱਥੋਂ ਆਏਗੀ। ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਆਪਾਂ ਧੀਆਂ ਨੂੰ ਮੁੰਡਿਆਂ ਦੇ ਬਰਾਬਰ ਸਮਝੀਏ, ਨੂੰਹਾਂ ਨੂੰ ਧੀਆਂ ਵੀ ਸਮਝੀਏ, ਧੀਆਂ ਨੇ ਵੀ ਕਿਸੇ ਦੀ ਨੂੰਹਾਂ ਬਣਨੀ ਹੈ। ਇਹ ਸਾਰੀਆਂ ਚੀਜ਼ਾਂ ਸਮਾਜ 'ਚ ਬਰਾਬਰ ਚੱਲਦੀਆਂ ਰਹਿੰਦੀਆਂ। ਇਹ ਬੱਚੀ 4 ਤਰੀਕ ਨੂੰ ਜਿਹੜਾ ਆਪਣਾ ਰੈਡ ਕਰਾਸ ਵੱਲੋਂ ਪੰਗੂੜਾ ਇੱਕ ਸਥਾਪਿਤ ਕੀਤਾ ਗਿਆ, ਜਿਹਨੂੰ ਇੱਕ ਚੁੱਲ੍ਹਾ ਅਸੀਂ ਕਹਿੰਦੇ ਹਾਂ, ਰੈਡ ਕਰਾਸ ਸੋਸਾਇਟੀ ਵੱਲੋਂ ਆਪਣਾ ਹੈਗਾ, ਜਿਹਨੂੰ ਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇਖਦੀ ਹੈ, ਉੱਥੇ ਇਹ ਬੱਚੀ ਦੇ ਕੇ ਗਏ ਸੀ। ਇਸ ਪੰਗੂੜੇ ਦਾ ਮਤਲਬ ਇਹੀ ਹੁੰਦਾ ਹੈ ਵੀ ਕਿਸੇ ਵੀ ਅਨਵਾਂਟਿਡ ਬੱਚੇ ਨੂੰ, ਚਾਹੇ ਫੀਮੇਲ ਹੈ ਚਾਹੇ ਉਹ ਮੇਲ ਹੈ, ਪਰ ਜ਼ਿਆਦਾਤਰ ਕਿਉਂਕਿ ਸਾਡੇ ਕੋਲ ਇਸ 'ਚ ਫੀਮੇਲ ਹੀ ਆਉਂਦੀ ਹੈ, ਵੀ ਉੱਥੇ ਦੇ ਜਾਣ। ਉਹ ਅੱਗੇ ਬੱਚਿਆਂ ਦੀ ਜਿਹੜੀ ਸੰਭਾਲ ਹੈ ਸਰਕਾਰ ਦੁਆਰਾ ਕੀਤੀ ਜਾਂਦੀ ਹੈ, ਅਤੇ ਉਹ ਅੱਗੋਂ ਕਾਰਾ ਜਿਹੜੀ ਕਿ ਆਪਣੀ ਇੱਕ ਗਵਰਨਮੈਂਟ ਦੀ ਔਨਲਾਈਨ ਪ੍ਰਣਾਲੀ ਹੈ ਉਹਦੇ ਥਰੂ ਅਡੋਪਟ ਕਰਵਾਏ ਜਾਂਦੇ ਨੇ ਬੱਚੇ। ਇਹ ਉਹਦੇ ਵਿੱਚ 4 ਤਰੀਕ ਨੂੰ ਬੱਚੀ ਰੱਖ ਕੇ ਗਏ ਸੀ, ਬਲਕਿ ਜਿਹੜੇ ਗਾਰਡੀਅਨ ਕਹਿ ਲਈਏ ਉਹ ਸੰਭਲਾ ਕੇ ਗਏ ਨੇ, ਬੱਚੇ ਦਾ ਸਾਰਾ ਰਿਕਾਰਡ ਵੀ ਦੇ ਕੇ ਗਏ ਨੇ, ਕਿਉਂਕਿ ਇਹ ਅਸੀਂ ਇਹ ਜਾਣਦੇ ਹਾਂ ਕਦੇ ਵੀ ਉਹਨਾਂ ਦੀ ਆਈਡੈਂਟੀ ਰਿਵੀਲ ਨਹੀਂ ਕੀਤੀ ਜਾਂਦੀ ਜਿਹੜੇ ਕਿ ਦੇ ਕੇ ਜਾਂਦੇ ਆ। ਕਾਰਨ ਇਹ ਹੁੰਦਾ ਕਿ ਜੇ ਆਪਾਂ ਉਹਨਾਂ ਦੀ ਆਈਡੈਂਟੀ ਰਿਵੀਲ ਕਰ ਦਾਂਗੇ ਤੇ ਲੋਕ ਪੰਗੂੜੇ 'ਚ ਬੱਚਾ ਪਾਉਣ ਦੀ ਬਜਾਏ ਕੂੜਿਆਂ ਨਾਲਿਆਂ 'ਚ ਸਿੱਟਣ ਲੱਗ ਜਾਣਗੇ। ਉਸ ਚੀਜ਼ ਨੂੰ ਘਟਾਉਣ ਲਈ ਕਿਸੇ ਦੀ ਜੋ ਮਜਬੂਰੀ ਹੈ ਉਹ ਬੱਚਾ ਨਹੀਂ ਰੱਖ ਸਕਦੇ, ਕੋਈ ਵੀ ਘਰੇਲੂ ਸਮਾਜਿਕ ਫਾਈਨੈਂਸ਼ੀਅਲ ਕੋਈ ਵੀ ਮਜਬੂਰੀ ਕਰਕੇ ਉਹ ਆਪਣਾ ਬੱਚਾ ਨਹੀਂ ਪਾਲਣਾ ਚਾਹੁੰਦੇ, ਤਾਂ ਉਹ ਇੱਕ ਪ੍ਰੋਪਰ ਤਰੀਕੇ ਨਾਲ ਉਹ ਬੱਚਾ ਇਹ ਸਰਕਾਰ ਨੂੰ ਹੈਂਡ ਓਵਰ ਕੀਤਾ ਜਾਂਦਾ। ਇਹ ਬੱਚਿਆਂ ਦੀ ਅੱਗੇ ਮੈਡੀਕਲ ਜਾਂਚ ਹੋਣ ਦੇ ਬਾਅਦ ਇਹਨਾਂ ਨੂੰ ਪ੍ਰੋਪਰ ਕਾਰਾਂ ਦੇ ਨਿਯਮਾਂ ਦੇ ਆਧਾਰ ਤੇ ਚੰਗੀਆਂ ਫੈਮਿਲੀਜ਼, ਇਵਨ ਕਿ ਅਬਰੋਡ ਵਿਦੇਸ਼ਾਂ 'ਚ ਵੀ ਬੱਚੇ ਸਾਡੇ ਅਡੋਪਟ ਹੋਏ। ਜ਼ਿਆਦਾਤਰ ਲੋਕ ਜਿਹੜੇ ਦਾਜ ਦੀ ਸਮੱਸਿਆ ਨੂੰ ਲੈ ਕੇ ਦੇਖੋ, ਦਾਜ ਦੀ ਸਮੱਸਿਆ ਪੜ੍ਹੀ ਲਿਖੀ ਤੇ ਮੈਂ ਕਹਿੰਦੀ ਹਾਂ ਐਜੂਕੇਸ਼ਨਲ ਕੁਆਲਿਟੀਜ਼ ਨਾਲ ਹੀ ਹੱਲ ਹੋ ਸਕਦੀ ਹੈ। ਅੱਜ ਕੱਲ੍ਹ ਜਿਸ ਹਿਸਾਬ ਨਾਲ ਕੁੜੀਆਂ ਜ਼ਿਆਦਾ ਪੜ੍ਹ ਲਿਖ ਰਹੀਆਂ, ਪੜ੍ਹੇ ਲਿਖਿਆਂ 'ਚ ਮੇਰੇ ਹਿਸਾਬ ਨਾਲ ਇਹ ਦਾਜ ਦੀ ਸਮੱਸਿਆ ਕੰਪੈਰੇਟਿਵਲੀ ਘਟੀ ਹੈ। ਇਸ ਕਰਕੇ ਸਾਨੂੰ ਪਿੰਡਾਂ 'ਚ, ਸ਼ਹਿਰਾਂ 'ਚ, ਹਰ ਥਾਂ 'ਤੇ ਜੇ ਆਪਾਂ ਪੜ੍ਹਾਈ ਦਾ ਜ਼ੋਰ ਪਾਵਾਂਗੇ, ਬੱਚੇ ਪੜ੍ਹੇ ਲਿਖੇ ਹੋਣਗੇ, ਬੱਚੇ ਸਵੈ ਰੁਜ਼ਗਾਰ ਵਾਲੇ ਹੋਣਗੇ, ਤਾਂ ਦਾਜ ਦੀ ਉਨੀ ਹੀ ਡਿਮਾਂਡ ਇੱਕ ਤਰ੍ਹਾਂ ਦੀ ਹੌਲੀ ਹੌਲੀ ਖਤਮ ਹੋ ਜਾਏਗੀ। ਕਿਉਂ, ਜਿਹੜਾ ਬੱਚਾ ਕਮਾਉਂਦਾ ਹੈ ਉਹ ਆਪਣੀ ਜ਼ਰੂਰਤਾਂ ਆਪ ਪੂਰੀਆਂ ਕਰ ਸਕਦਾ, ਉਹਨੂੰ ਆਪਣੇ ਮਾਂ ਪਿਓ ਤੋਂ ਕੁਛ ਵੀ ਲੈਣ ਦੀ ਜ਼ਰੂਰਤ ਨਹੀਂ ਹੈ।